ਕੋਠੜੀ ਰਤਨ ਕੋਠੜੀ ਖੁੱਲੀ ਅਨੂਪਾ ਅੰਧਕਾਰ ਦੇ ਮੰਦਰ
Yeah.
Yeah.
ਰਤਨਾਂ ਦਾ ਭੰਡਾਰ ਖੁੱਲ ਗਿਆ। ਜਦੋਂ ਦੇਖਿਆ ਹੈਰਾਨ ਹੋ ਵਿਸ਼ਮਨ ਵਿਸ਼ਮ ਭਾਇਓ ਜੋ ਵੇਖਿਓ, ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਕੀ ਪਤਾ। ਜਦੋਂ ਅੰਧੇਰਾ ਦੂਰ ਹੋਇਆ ਚਾਨਣ ਰੋਸ਼ਨੀ ਹੋਈ, ਦੇਖਿਆ ਦੇਖ ਕੇ ਵਿਸਮਾਦ ਹੋ ਗਿਆ। ਵਿਸ਼ਮਨ ਵਿਸ਼ਮ ਭਾਇਓ ਜੋ ਵੇਖਿਓ, ਜਿਨ੍ਹਾਂ ਨੇ ਇਹਨੂੰ ਵੇਖ ਲਿਆ ਉਹ ਮੁੜ ਕੇ ਨਹੀਂ ਕਿਤੇ ਗਿਆ। ਗੁਰਬਾਣੀ ਸਭ ਗੱਲ ਆਪਣੇ ਲਫ਼ਜ਼ਾਂ ਵਿੱਚ ਆਖ ਰਹੀ ਹੈ। Thank you.
ਹੋਰ ਜੰਜਾਲ ਵਿੱਚ ਨਹੀਂ ਫਸਦਾ। ਬੜੇ ਜਾਲ ਪਾਏ ਨੇ, ਸਦੀਆਂ ਤੋਂ ਪਾਉਂਦੇ ਜਾ ਰਹੇ ਨੇ ਤੇ ਬਦਕਿਸਮਤੀ ਨਾਲ ਬਹੁਤਾ ਕੌਮ ਦਾ ਹਿੱਸਾ ਉਹਨਾਂ ਜਾਲਾਂ ਵਿੱਚ ਫਸਦਾ ਵੀ ਗਿਆ। ਗੁਰੂ ਕਹਿੰਦੇ ਨੇ ਜਿਹਨੂੰ ਚਾਨਣ ਹੋ ਗਿਆ ਨਾ, ਜਿਹਨੇ ਦੇਖ ਲਿਆ, ਜਿਹਨੇ ਸਮਝ ਲਿਆ, ਉਹ ਮੁੜ ਕੇ ਕਿਸੇ ਹੋਰ ਜਾਲ ਵਿੱਚ ਨਹੀਂ ਫਸਦਾ। ਜਿੰਨੀ ਦੇਰ ਅੰਧੇਰਾ ਸੀ ਓਨੀ ਦੇਰ ਮੈਨੂੰ ਵੀ ਪਛਾਣਾ ਹੀ ਲੱਗਾ, ਚੌਪਈ ਕਿੱਥੋਂ ਆਈ ਹੈ। ਅਸਲ ਵਿੱਚ ਪਛਾਣ ਲਈ ਚਾਨਣ ਚਾਹੀਦਾ ਹੈ ਤੇ ਚਾਨਣ ਲਈ ਦੀਪਕ ਚਾਹੀਦਾ ਹੈ। ਮੈਂ
ਉਸ ਪਾਸੇ ਵਧਣਾ ਚਾਹੀਦਾ। ਗੁਰੂ ਕਹਿੰਦੇ ਨੇ ਖਜ਼ਾਨੇ ਨੂੰ ਦੇਖਦੇ ਆ। ਮਨ ਦੀ ਹਾਲਤ ਇਹ ਹੋ ਗਈ ਕਿ ਓਟ ਪੋਟ ਮਗਨ ਭੈ ਮੂੰਹ ਸੰਮਾਤੇ ਓਟ ਪੋਟ ਲੁਪਟਾਈ। ਹੁਣ ਤਾਂ ਮੇਰੀ ਇੱਕ ਅਰਦਾਸ ਹੀ ਸੀ, ਉਹ ਅਰਦਾਸ ਕੀ ਸੀ? ਪਾਇਆ ਲਾਲ ਰਤਨ ਮਨ ਪਾਇਆ
ਜੋਤ ਬਣਦੀ ਹੈ ਤੇ ਜੋਤ ਦੀਵੇ ਦੇ ਵਿੱਚ ਚੁੱਕੇ ਗੁਰਬਾਣੀ ਇੱਕ ਗੱਲ ਦਾ ਜਵਾਬ ਜੋਤ ਦੀ ਬੱਤੀ ਘੱਟ ਹੀ ਜੋਏ ਦੀਵਾ ਨਹੀਂ ਬਲਦਾ ਜੋਤ ਜਿਹੜੀ ਬਲਦੀ ਹੈ ਰੋਸ਼ਨੀ ਜੋਤ ਦੀ ਹੈ ਦੀਵੇ ਦੀ ਨਹੀਂ ਇਹੀ ਅਜੀਬ ਗੱਲ ਹੈ ਜੋਤ ਨੂੰ ਬਲਣ ਵਾਸਤੇ ਦੀਵਾ ਚਾਹੀਦਾ ਜੋਤ ਕਿੱਥੇ ਬਲੇਗੀ ਗੁਰਬਾਣੀ ਦਾ ਇੱਕ ਲਫ਼ਜ਼ ਹੈ ਜਿਹੜਾ ਮੈਂ ਦੁਹਰਾਉਣਾ ਚਾਹੁੰਦਾ ਸਤਿਗੁਰੂ ਕਹਿੰਦੇ ਜੋਤ ਨੂੰ ਪਕੜਿਆ ਨਹੀਂ ਜਾ ਸਕਦਾ
ਸੂਖਸ਼ਮ ਹੈ, ਪਰ ਦੀਵਾ ਉਠਾਇਆ ਜਾ ਸਕਦਾ, ਦੀਵਾ ਫੜਿਆ ਜਾ ਸਕਦਾ, ਦੀਵਾ ਉੱਚਾ ਜਾਂ ਨੀਵਾ ਰਹਿੰਦਾ, ਕਿਉਂਕਿ ਦੀਵਾ ਜਿਹੜਾ ਹੈ ਉਹਨੂੰ ਬਣਾਉਣ ਲਈ ਕੁਮਾਰ ਦੀ ਡਿਊਟੀ ਹੈ, ਕੁਮਾਰ ਦੀ ਡਿਊਟੀ। ਕੁਮਾਰ ਨੇ ਸੰਸਾਰ ਅੰਦਰ ਆਪਣੇ ਚੱਕ ਤੇ ਪਤਾ ਨਹੀਂ ਕਿੰਨੇ ਕੁ ਦੀਵੇ ਬਣਾਏ ਨੇ, ਬੜੇ ਦੀਵੇ ਬਣਾਏ, ਪਰ ਸਾਰੇ ਦੀਵੇ ਉਹਨੇ ਜਗਾਏ ਨਹੀਂ, ਬਣਾ ਬਣਾ ਜਿਹਨੂੰ ਲੋੜ ਹੋਵੇ ਜਗਾਉਣ ਦੀ ਉਹ ਲੈ ਜਾ, ਉਹ ਚੁਣਦਾ ਦੀਵੇ, ਦੀਵੇ ਨੂੰ ਉਠਾਉਂਦਾ, ਉੱਥੇ ਆ ਕੇ ਖਰੀਦਦਾਰ ਆਖਦਾ ਮੈਨੂੰ ਦੀਵਾ ਦੀਪਕ ਚਾਹੀਦਾ ਹੈ, ਦੀਵਾ ਬਣੇ ਅੰਧੇਰਾ ਜਾਏ, ਮੈਂ ਇੱਥੇ ਕੁਛ ਬੋਲਣਾ ਚਾਹੁੰਦਾ, ਸਾਂਝਾ ਕਰਨਾ ਚਾਹੁੰਦਾ, ਮੈਨੂੰ ਦੀਵਾ ਚਾਹੀਦਾ। ਉਹ ਕਹਿੰਦਾ ਉਹ ਫੇਰ ਲੱਗੋ ਕਿ ਜਿਹੜਾ ਮਰਜ਼ੀ ਚੁਣ ਲੈ। ਉਹਨਾਂ ਦੀਵਿਆਂ ਦੇ ਢੇਰ ਵਿੱਚੋਂ ਕੋਈ ਇੱਕ ਦੀਵਾ ਚੁਣ ਲੈਂਦਾ, ਫਿਰ ਉਹ ਜਗਦਾ ਨਹੀਂ ਹੁੰਦਾ, ਜਗਾਉਣ ਲਈ ਉਹਨੂੰ ਕੁਝ ਹੋਰ ਚਾਹੀਦਾ, ਤੇ ਜਿਹਨੇ ਜਗਣਾ ਹੈ ਨਾ ਉਹ ਤਾਂ ਜੋਤ ਹੈ। ਆਹ ਲਫ਼ਜ਼ ਜਿਹੜੇ ਨੇ ਨਾ ਮੈਂ ਹੈਰਾਨ ਹੋਇਆ, ਸਤਿਗੁਰੂ ਕਹਿੰਦੇ ਰੰਕਾਰ ਜਦੋਂ ਜੋਤ ਜਗ ਮੰਡਲ ਕਰਨੀ ਸੀ ਉਦੋਂ ਆਕਾਰ ਦੀ ਢੂੰਡ ਕੀਤੀ, ਆਕਾਰ ਹੈ ਸਥੂਲ, ਦੀਵਾ ਹੈ ਸਥੂਲ, ਜੋਤ ਹੈ ਸੂਖਸ਼ਮ, ਬਲਕਿ ਲੋੜ ਪੈਣ ਤੇ ਲੋਕ ਦੀਵਾ ਜਗਾਉਂਦੇ ਨੇ, ਐਸੀ ਗੱਲ ਕੋਈ ਅਟਕਲ ਦੀ ਗੱਲ ਬਣ ਕੇ ਲੋਕ ਰੋਜ਼ ਅੰਧੇਰੇ ਤੋਂ ਡਰਦੇ ਦੀਵੇ ਬਾਲਦੇ। ਪਰ ਖਿਆਲ ਕਰੋ ਸੰਸਾਰ ਦੇ ਲੋਕ ਜਿਹੜੇ ਦੀਵੇ ਬਾਲਦੇ ਨੇ ਨਾ, ਉਹ ਦੋ ਚੀਜ਼ਾਂ 'ਤੇ ਨਿਰਭਰ ਹੁੰਦੇ ਨੇ। ਇੱਕ ਤਾਂ ਉਹ ਉਹਨਾਂ ਦੇ ਸਿਰ 'ਤੇ ਭੈ ਹੁੰਦਾ, ਡਰ ਹੁੰਦਾ, ਇੱਕ ਉਹਨਾਂ ਦਾ ਲਾਲਚ ਲੋਭ ਵੀ ਹੁੰਦਾ। ਉਹ ਲੋਭ ਕੀ ਹੁੰਦਾ? ਤੇਲ ਦਾ, ਬਿਨ ਤੇਲ ਦੀਵਾ ਕਿਉਂ ਜਲੇ? ਤੇਲ ਦਾ ਲੋਭ ਹੈ, ਜਿਸ ਵੇਲੇ ਤੇਲ ਮੁੱਕ ਜਾਏਗਾ ਦੀਵਾ ਬੁੱਝ ਜਾਏਗਾ, ਜਿਹੜਾ ਅਸੀਂ ਬਾਲ ਮੁਹਤਾਜ ਹੈ ਤੇਲ ਦੇ। ਤੇ ਫਿਰ ਡਰ ਉਹਨੂੰ ਇਹ ਹੈ ਕਿ ਕਿਤੇ ਹਵਾ ਦਾ ਬੁੱਲਾ ਨਾ ਆ ਜਾਏ, ਉਹਦੇ ਕੋਲ ਵੀ ਬਚਾ ਕੇ ਰੱਖਣਾ, ਉਹਦੇ ਸਿਰ 'ਤੇ ਡਰ ਵੀ ਹੈ, ਉਹ ਡਰਦਾ ਵੀ ਹੈ, ਭੈ ਵਿੱਚ ਵੀ ਹੈ, ਉਹ ਮੁਹਤਾਜ ਵੀ ਹੈ ਤੇਲ ਦੇ ਦਿੱਤਾ। ਪਰ ਇੱਕ ਦੀਵਾ ਉਹ ਵੀ ਹੈ ਜਿਹਦੇ ਬਾਰੇ ਗੁਰੂ ਆਖ ਰਿਹਾ ਹੈ, ਦੀਪਕ ਬਾਂਧ ਦਿੱਤਾ ਰਿਹਾ ਬਿਨ ਤੇਲ, ਸਿੰਘ
ਗੁਰਬਚਨ ਸਾਹਿਬ ਦੀ ਬਾਣੀ ਨੂੰ ਸਮਝੀਏ, ਬਹੁਤ ਖੁਲਾਸੇ ਹੁੰਦੇ ਨੇ। ਇੱਕ ਦੀਪਕ ਉਹ ਵੀ ਹੈ ਜਿਹਨੂੰ ਤੇਲ ਦੀ ਮੁਹਤਾਜੀ ਕੋਈ ਨਹੀਂ, ਤੇ ਨਾ ਉਹਨੂੰ ਕਿਸੇ ਮੌਤ ਦਾ ਡਰ ਹੈ। ਪਾਣੀ ਮਰੇ ਨਾ ਬੁਝਾਇਆ ਜਾਏ, ਉਹ ਬੁਝਾਇਆ ਨਹੀਂ ਜਾਂਦਾ, ਉਹ ਖਤਮ ਨਹੀਂ ਹੁੰਦਾ। ਡੋਲੇ ਵਾਹੋ ਨਾ ਵੱਡਾ ਹੋਏ, ਜੇ ਤੂਫਾਨ ਵੀ ਆ ਜਾਣ, ਬੜੇ ਤੂਫਾਨ ਆਏ, ਇਹ ਦੀਵਾਣੀ ਬੁੱਝੀ ਆ ਕਿ ਨਾ ਬੁੱਝਣਾ। ਇੱਕ ਖਿਆਲ ਕਰਿਓ, ਇਹ ਦੀਪਕ ਬਾਂਧ ਧਰਿਓ ਬਿਨ ਤੇਲ ਹੈ, ਮੁਹਤਾਜ ਨਹੀਂ। ਸਤਿਗੁਰੂ ਬਾਣੀ ਵਿੱਚ ਹਰ ਗੱਲ ਦਾ ਜਵਾਬ ਦੇ ਰਹੇ ਨੇ, ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜਿਉਂ ਸਿੰਘਾਸਨ ਲੋਏ। ਨਾ ਇਹ ਵਾਓ ਨਾਲ ਇਹਦੀ ਲਾਟ ਡੋਲਦੀ ਹੈ, ਸਦੀਆਂ ਤੋਂ ਜਗ ਰਿਹਾ, ਯੁਗਾਂ ਤੱਕ ਜਗਦਾ ਰਹੇਗਾ, ਇਹਨੇ ਬੁੱਝਣਾ ਨਹੀਂ। ਇਹ ਦੀਵਾ ਹੋਰ ਹੈ, ਪਰ ਨਿਯਮ ਇੱਕੋ ਹੈ। ਲਓ ਮੈਂ ਉੱਥੇ ਨੂੰ ਵਾਪਸ ਪਰਤਣਾ ਚਾਹੁੰਦਾ। ਨਿਯਮ ਇਹ ਹੈ ਕਿ ਜੋਤ ਨੂੰ ਜਗਣ ਵਾਸਤੇ ਕੋਈ ਸਥੂਲ ਆਕਾਰ ਚਾਹੀਦਾ। ਸ੍ਰੀ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਲਫ਼ਜ਼ ਕਿਉਂ ਆਇਆ, ਮੈਂ ਇਹਦੇ 'ਤੇ ਪਹੁੰਚਣਾ ਚਾਹੁੰਦਾ। ਉਹਨੂੰ ਜੋਤ ਨੂੰ ਜਗਣ ਵਾਸਤੇ, ਜੋਤ ਸੂਖਮ ਹੈ, ਰੋਸ਼ਨੀ ਹੈ, ਸੂਖਮ ਹੈ, ਪਰ ਉਹਨੂੰ ਸਥੂਲ ਚਾਹੀਦਾ। ਇਸੇ ਲਈ ਕਹਿ ਦਿੱਤਾ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤੇ ਉਹ ਜੋਤ ਕੀ ਸੀ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦਿਖਾਇਓ। ਇਹ ਚੀਜ਼ ਛੁਪੀ ਹੋਈ ਨਹੀਂ, ਉਹ ਸੂਖਮ, ਉਹਨੂੰ ਆਕਾਰ ਚਾਹੀਦਾ। ਤੇ ਸਭ ਤੋਂ ਪਹਿਲਾਂ ਉਹਨੇ ਸੰਸਾਰ ਅੰਦਰ ਜਿੰਨੇ ਮਨੁੱਖ ਪੈਦਾ ਕੀਤੇ ਸਨ, ਸਰੀਰ ਬਣਾਏ ਸਨ, ਉਹਨਾਂ ਵਿੱਚੋਂ ਇੱਕ ਸਰੀਰ ਚੁਗਿਆ ਜਿਹਦਾ ਨਾਂ ਸੀ ਨਾਨਕ। ਉਹਦੇ ਵਿੱਚ ਜੋਤ ਜਗਾਈ, ਉਹਦੇ ਨਾਲ ਮੈਂ ਕਰਜ਼ ਕਰਾਂ। ਸਾਡੇ ਕੁਛ ਮਨਾਂ ਅੰਦਰ ਭੁਲੇਖੇ ਪੈ ਰਹੇ ਨੇ, ਅਸੀਂ ਕਹਿੰਦੇ ਹਾਂ ਖੋਰੇ ਗੁਰੂ ਨਾਨਕ ਨੂੰ ਗੁਰੂ ਨਾਨਕ ਕਿਉਂ ਆਖਣਾ ਜੀ, ਇਹ ਵੀ ਰੌਲਾ ਪਿਆ। ਅਸਲ ਵਿੱਚ ਇਹ ਨਾਮ ਇੱਕ ਨਹੀਂ, ਨਾਨਕ ਸ਼ਬਦ ਜਿਹੜਾ ਹੈ, ਨਾਨਕ ਤਾਂ ਸਰੀਰ ਦਾ ਨਾਂ ਹੈ, ਆਕਾਰ ਦਾ ਨਾਂ ਹੈ, ਉਹ ਨਾਨਕ ਨਾਮ ਤਾਂ ਬਾਬੇ ਕਾਲੂ ਨੇ ਰੱਖਿਆ ਹੈ, ਮਾਤੇ ਤ੍ਰਿਪਤਾ ਨੇ ਰੱਖਿਆ, ਉਹ ਸਰੀਰ ਹੈ, ਤੇ ਗੁਰੂ ਹੈ ਸ਼ਬਦ ਜੋਤ। ਜਦੋਂ ਜੋਤ ਉਸ ਨਾਨਕ ਵਿੱਚ ਟਿਕ ਗਈ, ਮੈਂ ਇਸ ਲਈ ਆਰੰਭ ਵਿੱਚ ਲਫ਼ਜ਼ ਵਰਤੇ ਸਨ ਵੀ ਬੜੀ ਗੱਲ, ਬੜੀ ਅਜੀਬ ਗੱਲ ਹੈ, ਜਗ ਤਾਂ ਜੋਤ ਰਹੀ ਹੈ ਪਰ ਤੁਸੀਂ ਆਖਦੇ ਹੋ ਦੀਵਾ ਬਲੇ, ਦੀਵਾ ਬਲ ਰਹੇ, ਦੀਵਾ ਤਾਂ ਬਲਿਆ ਹੀ ਨਹੀਂ, ਬਲੀ ਤੇ ਜੋਤ ਹੈ,
ਪਰ ਜੋਤ ਕਿਉਂਕਿ ਦੀਵੇ ਦੇ ਨਾਲ ਅਟੁੱਟ ਸੰਬੰਧ ਰੱਖਦੀ ਹੈ, ਇਸ ਲਈ ਟੁੱਟ ਨਹੀਂ ਸਕਦਾ ਨਾਮ। ਹੁਣ ਜੋਤ ਦੇ ਨਾਲ ਨਾਮ, ਗੁਰੂ ਦੇ ਨਾਲ ਨਾਮ ਨਾਨਕ ਵੀ ਜੁੜ ਗਿਆ। ਨਾਨਕ ਵੱਖਰਾ ਨਾਮ ਹੈ, ਗੁਰੂ ਵੱਖਰਾ ਨਾਮ, ਦੋਨੋਂ ਇਕੱਠੇ ਹੋ ਗਏ ਨੇ। ਤੇ ਜਦੋਂ ਦੋ ਨਾਂ ਇਕੱਠੇ ਹੋਏ ਨੇ ਉਦੋਂ ਕੀ ਬਣਿਆ? ਗੁਰੂ ਨਾਨਕ। ਨਾਨਕ ਲਫ਼ਜ਼ ਨੂੰ ਗੁਰੂ ਦੇ ਨਾਲ ਇੱਕ ਨਾ ਕਰੋ, ਜੋੜ ਪਾਓ, ਫਿਰ ਸਾਡਾ ਇਹ ਭੁਲੇਖਾ ਦੂਰ ਹੋ ਜਾਏਗਾ। ਤੇ ਲੋਕ ਜੀ ਦੇਖੋ ਜੀ, ਨਾਨਕ ਨੂੰ, ਗੁਰੂ ਨਾਨਕ ਨੂੰ ਦੇਹਧਾਰੀ ਗੁਰੂ ਮੰਨਦੇ ਨੇ, ਪਰ ਨਾਮ ਧਾਰੀਆਂ ਨੇ। ਇੱਕ ਪੁਸਤਕ ਲਿਖੀ ਜਿਸ ਪੁਸਤਕ ਦਾ ਨਾਂ ਹੀ ਰੱਖਿਆ ਪੁਰਖ ਗੁਰੂ, ਉੱਥੇ ਪ੍ਰੀਖਿਆ ਇੱਥੋਂ ਤੱਕ ਪੈ ਗਿਆ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਖਦੇ ਨੇ ਗੁਰੂ ਗ੍ਰੰਥ ਸਾਹਿਬ। ਗ੍ਰੰਥ ਵੀ ਕੋਈ ਗੁਰੂ ਹੋ ਸਕਦਾ? ਸੋਚਣੀ ਨਾ ਮੈਂ, ਜਦੋਂ ਪਹਿਲਾਂ ਪ੍ਰਕਾਸ਼ ਕਰਨਾ ਸੀ ਉਦੋਂ ਪੰਜਾਂ ਤੱਤਾਂ ਦਾ ਦੀਵਾ ਨਾਨਕ ਦੀ ਚੋਣ ਹੋਈ। ਔਰ ਇਹ ਗੱਲ ਦਾ ਫੈਸਲਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ ਤੇ ਕਹਿਣ ਲੱਗੇ, ਧੰਨ ਧੰਨ ਸੁਹਾਵਾ ਸੋ ਸਰੀਰ ਧਨ ਹੈ। ਸਰੀਰ ਵੀ ਧਨ, ਦੇਹ ਵੀ ਧਨ। ਅਸੀਂ ਗੁਰੂ ਨਾਨਕ ਦਾ ਪੁਰਬ ਐਵੇਂ ਨਹੀਂ ਮਨਾਉਂਦੇ, ਉਹਦੀ ਚੋਣ ਹੋਈ ਰੱਬ ਵੱਲੋਂ ਆਪਣੀ ਜੋਤ ਦਾ ਪ੍ਰਕਾਸ਼ ਕਰਨ ਲਈ। ਕਿਉਂਕਿ ਜੋਤ ਨੂੰ ਪ੍ਰਕਾਸ਼ ਕਰਨ ਲਈ, ਜੋਤ ਜਗਣ ਲਈ ਦੀਵਾ ਚਾਹੀਦਾ ਸੀ, ਤੇ ਉਹ ਦੀਵਾ ਸੀ ਨਾਨਕ। ਆਕਾਰ ਵਿੱਚ ਨਿਰੰਕਾਰ ਨੂੰ ਆਕਾਰ ਚਾਹੀਦਾ ਸੀ, ਦੋ ਚੀਜ਼ਾਂ ਦਾ ਸਮੇਂ ਹੈ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਕਿ ਮੈਂ ਦੇਖਦਾ ਕੀ ਹਾਂ, ਸਭ ਤੋਂ ਪਹਿਲਾਂ ਨਿਰੰਕਾਰ ਨੇ ਜੋਤ ਨੂੰ ਸੰਸਾਰ ਅੰਦਰ ਮੰਡਲਾਉਣ ਲਈ ਭੇਜਣ ਲਈ ਨਾਨਕ ਰੂਪ ਦੀਵੇ ਦੀ ਚੋਣ, ਜੋਤ ਚਲੀ ਤੇ ਉਹ ਦੀਪਕ ਨਾਨਕ ਧੰਨ ਹੋ ਗਿਆ। ਗੁਰੂ ਨਾਨਕ ਨੇ ਜਦੋਂ ਉਹ ਆਪਣੇ ਕੋਲ ਜਿਹੜੇ ਉਹਦੇ ਕੋਲ ਜੋਤ ਸੀ ਉਹਨੇ ਰੱਖਣੀ ਸੀ, ਫਿਰ ਉਹਨੇ ਚੋਣ ਕੀਤੀ ਰਹਿਣੇ ਦੀਪਕ ਚੁਣਿਆ। ਫਿਰ ਚੋਣ ਹੋਈ ਅਮਰਦਾਸ ਦੇ, ਇੱਕ ਦੀਪਕ ਚੁਣਿਆ, ਜੋਤ ਉਹਦੇ ਵਿੱਚ ਜਗਾਈ, ਕਿਉਂਕਿ ਦੀਪਕ ਬਿਨਾਂ ਤਾਂ ਜੋਤ ਜਗਣੀ ਨਹੀਂ। ਦੀਵਾ ਜਲ ਰਹੀ ਹੈ,
ਦੀਵਾ ਨਾ ਹੁੰਦਾ ਤੇ ਜੋਤ ਕਿਵੇਂ ਪ੍ਰਕਾਸ਼ ਹੁੰਦੀ? ਦੀਵੇ ਦੀ ਤਾਂ ਲੋੜ ਹੈ, ਪਰ ਦੀਵੇ ਦੀ ਚੋਣ ਕਰਨ ਦਾ ਮਸਲਾ ਹੈ। ਚੋਣ ਰਾਮਦਾਸ ਦੇ ਰੂਪ ਚ ਹੋਈ, ਉਹ ਹੀ ਜੋਤ ਜਗਾਉਣ ਲਈ ਚੋਣ ਪਿਛੀ ਚੰਦ ਮਹਾਦੇਵ ਤੇ ਅਰਜਨ ਵਿੱਚੋਂ ਅਰਜਨ ਦੀ ਹੋਈ। ਰਾਮਦਾਸ ਗੁਰੂ ਜਗ ਤਾਰਨ ਤੋਂ ਗੁਰ ਜੋਤ, ਇੱਥੇ ਜੋਤ ਨੂੰ ਗੁਰੂ ਆਖਿਆ, ਬੜਾ ਸਪਸ਼ਟ ਹੈ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਇ ਤਰੀ, ਇਹਦਾ ਮਤਲਬ ਅਰਜਨ ਦੇ ਵਿੱਚ ਰੱਖੀ ਜੋਤ ਦੀ ਵੱਟੀ। ਅਰਜਨ ਦੇ ਵਿੱਚ ਤੇ ਕੀ ਹੈ? ਉਹ ਤਾਂ ਦੀਵਾ ਹੈ, ਪਰ ਦੀਪਕ ਬਿਨਾਂ ਜੋਤ ਵੀ ਜਗਣੀ ਕਿੱਥੇ ਜਗਾਉਂਦੇ? ਕੋਈ ਦੀਵਾ ਚਾਹੀਦਾ? ਇਸ ਲਈ ਦੋਹਾਂ ਦੀ ਆਪਣੀ ਥਾਵੇਂ ਮਹਾਨਤਾ ਹੈ। ਤੇ ਹੁਣ ਜਦੋਂ ਗੁਰੂ ਅਰਜਨ ਨੇ ਵੇਖਿਆ ਵੀ ਜੋਤ ਤੋਂ ਲੋਕਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ, ਸ਼ਬਦ ਜੋਤ ਹੈ ਤੇ ਸ਼ਬਦ ਤਾਂ ਐਸਾ ਵੀ ਹੈ ਜਿਹੜਾ ਪ੍ਰਿਥੀ ਚੰਦ ਵੀ ਉਚਾਰ ਰਿਹਾ ਹੈ, ਉਹ ਕਹਿੰਦਾ ਨਹੀਂ ਮੇਰੀ ਜੋਤ ਮੇਰਾ ਸ਼ਬਦ ਹੀ ਅਕਾਲ ਪੁਰਖ ਹੈ। ਜੇ ਕਿਸੇ ਨੇ ਵੇਖਣੀ ਹੋਵੇ ਤਾਂ ਪ੍ਰਿਥੀ ਚੰਦ ਦੀ ਰਚਨਾ ਦੇ ਜਿਹੜੇ ਸ਼ਬਦ ਨੇ ਕਾਵਿ ਰਚਨਾ ਦੇ, ਉਹ ਤੁਸੀਂ ਦੇਖ ਸਕਦੇ ਹੋ। ਉਹਨੇ ਹੂ ਬਹੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਕਲ ਕੀਤੀ ਹੈ। ਇਸੇ ਤਰ੍ਹਾਂ ਰਾਗ ਲਿਖੇ ਨੇ, ਇਸੇ ਤਰ੍ਹਾਂ ਰਹਾਓ ਆਏ ਉਹਦੇ ਵਿੱਚ, ਇਸੇ ਤਰ੍ਹਾਂ ਦੇ ਸਬਜੈਕਟ ਨੇ, ਇਸੇ ਤਰ੍ਹਾਂ ਅਖੀਰ ਤੇ ਨਾਨਕ ਸ਼ਬਦ ਹੈ। ਹੂ ਬਹੂ ਉਸੇ ਤਰ੍ਹਾਂ, ਸਿਰਫ ਫਰਕ ਹੀ ਪਾਇਆ ਕਿ ਉੱਪਰਲੀ ਲਾਈਨ ਵਿੱਚ ਦਿਖ ਲਿਆ ਸ੍ਰੀ ਰਾਗ ਮਹੱਲਾ ਛੇਵਾਂ, ਪਤਾ ਵੀ ਪੰਜਵੇਂ ਤੱਕ ਤਾਂ ਸਪਸ਼ਟ ਹੋ ਗਿਆ, ਹੁਣ ਛੇਵਾਂ ਹੀ ਬਣਾ ਦਿਓ। ਉਸ ਤੇ ਕਹਿੰਦੇ ਮੇਰੇ ਕੋਲ ਆਏ ਕਿਸੇ ਸੱਜਣ ਨੇ ਦੇਖੀ। ਇਸੇ ਤਰ੍ਹਾਂ ਸੋਠ ਮਹੱਲਾ ਛੇਵਾਂ, ਬਿਲਾਵਲ ਮਹੱਲਾ ਛੇਵਾਂ, ਰਾਗ ਵੀ ਉਵੇਂ ਵਰਤੇ ਨੇ, ਮਹੱਲਾ ਛੇਵਾਂ ਕਰ ਦਿੱਤਾ। ਹੁਣ ਗੁਰੂ ਨੇ ਅਸਲ ਜੋਤ, ਉਹ ਜੋਤ ਜਗਾਉਣੀ ਸੀ ਜਿਹੜੀ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਦੀਵਾ ਉਹ ਜਿਹੜਾ ਬੇਮੁਹਤਾਜ ਤੇ ਬੇਡਰ ਹੋਵੇ ਮੇਰੇ ਪੈਰ ਵਰਨ ਧਰਿਓ, ਦੀਪ ਬੰਦ ਧਰਿਓ, ਬਿਣਤੇ ਡੋਲੇ ਵਾਹੋ ਨਾ ਵੱਡਾ ਹੋਵੇ, ਜਾਪੇ ਜਿਉ ਸਿੰਘਾਸਨ ਹੋਵੇ। ਇਹ ਨਹੀਂ ਬੁੱਝਦਾ, ਦੀਵਾ ਜਗਾਇਆ, ਕੋਸ਼ਿਸ਼ ਕੀਤੀ ਪਿੱਛੇ ਚੱਲ ਰਹੇ, ਪਰ ਮੇਰੇ ਖਿਆਲ ਇੱਥੇ ਜਿੰਨੇ ਸੱਜਣ ਬੈਠੇ ਨੇ, ਕਿੰਨੇ ਕੁ ਲੋਕ ਨੇ ਜਿਨ੍ਹਾਂ ਨੇ ਅੱਜ ਤੱਕ ਪਿੱਛੇ ਚੱਲਦੀ ਹੈ ਉਸ ਸ਼ਬਦ ਤੇ ਉਹਨਾਂ ਰਚਨਾਵਾਂ ਨੂੰ ਪੜ੍ਹਿਆ ਦੇਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਰੋਜ਼ ਨਮਸਕਾਰ ਕਰਦੇ ਹਾਂ, ਫੜ ਕੇ ਨਾ
ਉਹ ਡੋਲੇ ਵਾਹੋ ਨਾ ਵੱਡਾ ਹੋਏ ਵਾਲੀ ਰਚਨਾ ਨਹੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਡੋਲੇ ਵਾਹੋ ਨਾ ਵੱਡਾ ਹੋਏ ਜਾਪੇ ਜੋ ਸਿੰਘਾਸਨ ਲੋ ਹੁਣ ਫਰਕ ਕੀ ਪਿਆ ਫਰਕ ਇਹ ਪਿਆ ਪਹਿਲਾ ਪ੍ਰਕਾਸ਼ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿਉਂ ਕਹਿੰਦੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਦੀਪਕ ਜਿਹੜੇ ਉਹ ਸਨ ਤੱਤਾਂ ਦੇ ਸਰੀਰ ਕਰਕੇ ਉਹਨਾਂ ਦੀ ਚੋਣ ਹੋਈ ਸੀ ਉਹਦੇ ਵਿੱਚ ਪਹਿਲਾ ਪ੍ਰਕਾਸ਼ ਸੀ ਗੁਰੂ ਨਾਨਕ ਤੇ ਹੁਣ ਜਦੋਂ ਗੁਰੂ ਅਰਜਨ ਸਾਹਿਬ ਨੇ ਵੇਖਿਆ ਵੀ ਉਸ ਸ਼ਬਦ ਦੀ ਜੋਤ ਦੀ ਨਕਲ ਕੀਤੀ ਜਾ ਰਹੀ ਇਹਨੂੰ ਬਚਾਓ ਤੇ ਇਹਦੇ ਵਿੱਚ ਸੰਭਾਲ ਕਰਨੀ ਤਾਂ ਫਿਰ ਉਹਨਾਂ ਨੇ ਗ੍ਰੰਥ ਨੂੰ ਚੁਣਿਆ ਆਪਾਂ ਲਫ਼ਜ਼ ਰੋਜ਼ ਕੀ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਾਣੀਏ ਅੱਗੇ ਕੀ ਕਹਿੰਦੇ ਹਾਂ ਪ੍ਰਗਟ ਗੁਰਾਂ ਕੀ ਦੇ ਜੇ ਨਾਨਕ ਦੇ ਹੈ ਤਾਂ ਗ੍ਰੰਥ ਵੀ ਦੇ ਜੇ ਨਾਨਕ ਦੇ ਅੰਦਰ ਕੋਈ ਜੋਤ ਜਗੀ ਹੈ ਤਾਂ ਇਸ ਗ੍ਰੰਥ ਦੇ ਅੰਦਰ ਜਿਹੜੀ ਸ਼ਬਦ ਦੀ ਜੋਤ ਹੈ ਨਾ ਜੋਤ ਉਹ ਹੈ ਗ੍ਰੰਥ ਹੋਰ ਵੀ ਦਸਮ ਜਿੱਦਾਂ ਨਾਂ ਪੈ ਕਹਿੰਦੇ ਸਨ ਉੱਤਰ ਨਾਟਕ ਉਹਦੇ ਨਾਲ ਨਾਲ ਵੀ ਲਫ਼ਜ਼ ਗ੍ਰੰਥ ਹੀ ਹੈ ਦਸਮ ਗ੍ਰੰਥ ਪਰ ਜਿਹੜੀ ਦੇਹ ਰੂਪ ਗ੍ਰੰਥ ਰੂਪ ਜਿਵੇਂ ਨਾਨਕ ਦੀ ਪਹਿਲੀ ਪਛਾਣ ਹੋਈ ਚੋਣ ਹੋਈ ਇਸੇ ਤਰ੍ਹਾਂ ਜਿਸ ਗ੍ਰੰਥ ਦੀ ਚੋਣ ਹੋਈ ਜਿਹਦੇ ਵਿੱਚ ਸ਼ਬਦ ਰੂਪ ਰੱਖ ਲਿਆ ਉਹ ਗ੍ਰੰਥ ਤਾਂ ਉਸ ਸ਼ਬਦ ਦੀ ਗੁਰੂ ਦੀ ਦੇਹ ਹੈ ਤੇ ਦੇਹ ਵੀ ਉਹ ਧਨ ਧਨ ਸੋ ਹਵਾ ਸੋ ਸਰੀਰ ਧਨ ਹੈ ਜਿੱਥੇ ਮੇਰਾ ਗੁਰਧਾਇ ਵੇਖਾ ਇਸ ਲਈ ਕਦੇ ਇਸ ਪੱਖੋਂ ਵੀ ਕਨਫਿਊਜ਼ ਨਹੀਂ ਹੋਇਆ ਹੁਣ ਸਿੱਖ ਨੇ ਲਓ ਜੀ ਸਿੱਖ ਤਾਂ ਗ੍ਰੰਥ ਰੂਪੋਂ ਪੂਜੀ ਜਾਂਦੇ ਨੇ ਇਹ ਵੀ ਤਾਂ ਮੂਰਤੀ ਪੂਜਾ ਇੱਥੋਂ ਤੱਕ ਲੋਕ ਕਹਿੰਦੇ ਨੇ ਪਰ ਬੜਾ ਸਪਸ਼ਟ ਹੈ ਇਹ ਗੁਰਾਂ ਕੀ ਗੁਰਾਂ ਕੀ ਦਾ ਮਤਲਬ ਹੁੰਦਾ ਹੈ ਗੁਰੂ ਦੀ ਜਿਹੜੀ ਚੀਜ਼ ਮੇਰੀ ਹੈ ਉਹ ਮੈਂ ਨਹੀਂ ਆਖਾਂਗੇ ਦਰਵਾਜ਼ੇ ਤੇ ਪਹੁੰਚ ਕੇ ਇਹ ਦਰਸ਼ਨ ਸਿੰਘ ਦਾ ਘਰ ਹੈ ਤਾਂ ਦਰਸ਼ਨ ਸਿੰਘ ਘਰ ਨਹੀਂ ਦਾ ਘਰ ਹੈ ਪ੍ਰਗਟ ਗੁਰਾਂ ਕੀ ਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਹੈ ਗੁਰੂ ਹੈ ਗ੍ਰੰਥ ਹੈ ਦੇ ਤੇ ਵਿੱਚ ਬੈਠਾ ਸ਼ਬਦ ਜੋਤ ਸ਼ਬਦ ਗੁਰੂ ਤੇ ਜਿਹਨੇ ਮੈਨੂੰ ਮਿਲਣਾ ਹੋਵੇ ਉਹਨੂੰ ਮੇਰੇ ਘਰ ਆਉਣਾ ਪਏਗਾ ਜਿਹਨੇ ਸ਼ਬਦ ਨੂੰ ਮਿਲਣਾ ਹੋਵੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਝਾਤ ਪੜਨੀ ਪੈਗੀ ਇਉਂ ਅਸੀਂ ਸੰਪੂਰਨ ਹੋਵਾਂਗੇ ਇਸੇ ਦਾ ਨਾਂ ਹੈ ਕਿਉਂਕਿ ਗ੍ਰੰਥ ਰੂਪ ਵਿੱਚ ਪਹਿਲਾ ਪ੍ਰਕਾਸ਼ ਸੀ ਪਹਿਲਾ ਦੇਹ ਰੂਪ ਵਿੱਚ ਸੀ ਤੇ ਗ੍ਰੰਥ ਰੂਪ ਵਿੱਚ ਪਹਿਲਾ ਪ੍ਰਕਾਸ਼ ਸੀ ਇਸ ਲਈ ਅਸੀਂ ਆਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਗ੍ਰੰਥ ਰੂਪ ਵਿੱਚ ਪਹਿਲਾ ਪ੍ਰਕਾਸ਼ ਤੇ ਇਸ ਗ੍ਰੰਥ ਦੇ ਅੰਦਰ ਸ਼ਬਦ ਵੀ ਹੈ ਸਤਿਗੁਰੂ ਆਪਣੀ ਬਾਣੀ ਵਿੱਚ ਕਹਿੰਦੇ ਨੇ ਸ਼ਬਦ ਰਤਨ
ਦਰਸ਼ਨ ਕਰੋ ਉਸ ਵਕਤ ਇੱਕ ਗੱਲ ਯਾਦ ਰੱਖੋ, ਗੁਰੂ ਆਖ ਰਿਹਾ ਕਹਿੰਦੇ ਰਤਨ ਸ਼ਬਦ ਹੈ ਰੋਸ਼ਨੀ, ਸ਼ਬਦ ਹੈ ਗੁਰੂ ਜੋਤ, ਤੇ ਗ੍ਰੰਥ ਹੈ ਦੀਪਕ ਜਿਹਦੇ ਵਿੱਚ ਜਗ ਰਹੀ ਹੈ। ਇਸ ਲਈ ਦੀਵੇ ਤੇ ਜੋਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਸਿਰਫ ਫਰਕ ਇੰਨਾ ਹੈ ਕਿ ਦੀਵਾ ਸਥੂਲ ਹੈ, ਦਿਸਦਾ ਰੁਮਾਲੇ ਪਿੱਠ ਕੀਤੇ ਜਾਂਦੇ ਨੇ, ਮੱਥਾ ਟੇਕਿਆ ਜਾਂਦਾ, ਪਾਲਕੀ ਚਾਹੀਦੀ, ਚੌਰ ਚਾਹੀਦਾ, ਦੀਪਕ ਕਿਉਂਕਿ ਸਥੂਲ ਹੈ। ਪਰ ਜੋਤ ਜਿਹੜੀ ਸ਼ਬਦ ਹੈ ਉਹ ਸਥੂਲ ਨਹੀਂ, ਬਾਣੀ ਸਥੂਲ ਨੇ। ਮੈਂ ਆਪਣੀ ਹੱਡ ਬੀਤੀ ਅੱਗੇ ਵੀ ਇੱਕ ਵਾਰੀ ਸੁਣਾਈ ਸੀ, ਬਹੁਤ ਦੇਰ ਹੋਈ ਜਦੋਂ ਮੈਂ ਪਹਿਲੀ ਵਾਰ ਦੁਬਈ ਜਾਣੀ ਸੀ ਨਾ, ਉੱਥੇ ਬੜੀ ਪਾਬੰਦੀ ਸੀ, ਬਾਹਰਲਾ ਕੋਈ ਲਿਟਰੇਚਰ
ਕਿਸੇ ਹੋਰ ਕੌਮ ਦਾ ਉੱਥੇ ਲੀਵ ਸੀ ਲਿਜਾਇਆ ਜਾ ਸਕਦਾ। ਅਤੇ ਜਦੋਂ ਪਹਿਲੀ ਵਾਰ ਜਾਣਾ ਸੀ ਮੈਨੂੰ ਹਦਾਇਤ ਹੋਈ ਉੱਥੋਂ ਦੇ ਵੀਰਾਂ ਵੱਲੋਂ ਕਿ ਵੇਖਿਓ ਕੋਈ ਕਿਤਾਬ ਕੋਈ ਗੁਟਕਾ ਨਾਲ ਨਾ ਲਿਆਇਓ, ਇੱਥੇ ਨਹੀਂ ਵੜਨ ਦਿੰਦੇ। ਅਤੇ ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਸੀ, ਭਲਿਓ ਮੇਰੇ ਟੈਚੀ ਵਿੱਚੋਂ ਜਾਂ ਮੇਰੀ ਜੇਬ ਵਿੱਚੋਂ ਗੁਟਕਾ ਤਾਂ ਕੱਢ ਲਿਆ ਨਹੀਂ ਗਏ, ਜਿਹੜਾ ਜਪਜੀ ਮੇਰੇ ਅੰਦਰ ਬੈਠਾ ਉਹ ਕਿੱਥੋਂ ਭੱਜਣ ਗਿਆ। ਉੱਥੇ ਇਮੀਗ੍ਰੇਸ਼ਨ ਵਾਲੇ ਕਹਿੰਦੇ ਉਹ ਸੂਕਸ਼ਮ ਹੈ, ਅੰਦਰ ਬੈਠਾ, ਜੋਤ ਦੀ ਵੱਟੀ ਘੱਟ ਹੀ ਉਹ ਅੰਦਰ ਬੈਠੀ ਹੈ। ਇਸੇ ਲਈ ਗੁਰੂ ਨੇ ਵਾਰ ਵਾਰ ਇੱਕ ਗੱਲ ਦੀ ਹਦਾਇਤ ਕੀਤੀ ਹੈ, ਸੁੱਖਾ ਇਹ ਬਾਣੀ ਜੋ ਜਿਉਂ ਜਾਣੇ ਅੰਦਰ ਵਸਾ ਤਾਂ ਕਿ ਤੇਰੇ ਕੋਲ ਕੋਈ ਖੋ ਨਾ ਸਕੇ, ਤੇਰੇ ਨਾਲੋਂ ਤੋੜ ਨਾ ਸਕੇ। ਇਹਨਾਂ ਸ਼ਬਦਾਂ ਨਾਲ ਕਮਾਉਂਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ,
ਪੰਜਾ ਧਰਮਾਂ ਦੂਰ ਕਰਮੀ ਆਪੋ ਆਪਣੀ ਪਿੰਡ